ਸ਼ਰਕਾਰ ਜੀ ਤੁਸੀਂ ਪ੍ਰਾਈਮਰੀ ਸ਼ਰਟ ਏਲੀਵਿਜ਼ਨ ਦੇਖ ਰਹੇ ਹੋ ਦੋਸਤੋ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਸ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ ਸਭ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬੈਣੀ ਹਰ ਰੋਸ ਦੀ ਤਰ੍ਹਾਂ ਹੀ ਪੰਜਾਬ ਦੇ ਵਿੱਚ ਮੌਸਮ ਬਦਲਵਾਈ ਵਾਲਾ ਜਲੰਧਰ ਦੇ ਵਿੱਚ ਜਿਸ ਵੇਲੇ ਅਸੀਂ ਇਸ ਪ੍ਰੋਗਰਾਮ ਦੀ ਰਿਕਾਰਡਿੰਗ ਕਰ ਰਹੇ ਹਾਂ ਤੇ ਉਸ ਵੇਲੇ ਕਿੰਮਣ ਕਿੰਮਣ ਹੋ ਰਹੀ ਹੈ ਤੇ ਪਿਛਲੇ ਕਈ ਘੰਟਿਆਂ ਤੋਂ ਹੋ ਰਹੀ ਹੈ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਲੰਘੇਕਲ ਬਦਲਵਾਈ ਰਹੀ ਹੈ ਜਿੱਥੇ ਬਦਲਵਾਈ ਘਟ ਸੀ ਉੱਥੇ ਜਦੋਂ ਧੁੱਪ ਨਿਕਲਦੀ ਸੀ ਨਾਲ ਦੀ ਨਾਲ ਬਦਲੀ ਆਉਣੀ ਸੀ ਤੇ ਫੇਰ ਸੂਰਜ ਨੂੰ ਢੱਕ ਲੈਣੀ ਸੀ ਯਾਨੀ ਕਿ ਮੀ ਪੈ ਰਿਹਾ ਕਈ ਥਾਵਾਂ ਤੇ ਪੈ ਗਿਆ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਆਉਂਦੇ ਕੁਝ ਘੰਟਿਆਂ ਦੇ ਵਿੱਚ ਭਰਪੂਰ ਗੜੇਮਾਰੀ ਹੋਣ ਦੀ ਆਸ ਹੈ ਬਹੁਤ ਗੜੇ ਪੈਣੀ ਹੈ ਇਹ ਭਵਿੱਖਬਾਣੀ ਕੀਤੀ ਗਈ ਹੈ ਸੋ ਸਮਾਂ ਦੱਸੂਗਾ ਵੀ ਭਾਈ ਕਿੰਨੇ ਹੈ ਗੜੇ ਪੈਂਦੇ ਤੇ ਕਿੱਥੇ-ਕਿੱਥੇ ਮੀਂਹ ਪੈਂਦਾ ਪਰ ਗੱਲ ਇਹ ਆ ਕਿ 5 ਤਰੀਕ ਤੋਂ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਫੇਰ ਤਬਦੀਲੀ ਆਉਣੀ ਆ ਗਰਮੀ ਦੇ ਵੱਲ ਜਾਣਾ ਮੌਸਮ ਪਰ ਇਹ ਵੀ 4 ਤਰੀਕ ਤੱਕ ਪੰਜਾਬ ਦੇ ਵਿੱਚ ਬੱਦਲਵਾਈ ਤੇ ਮੀਂਹ ਕਣੀ ਦੀ ਸੰਭਾਵਨਾ ਇਵੇਂ ਹੀ ਹੈ ਜਿਵੇਂ ਕਿ ਲੰਘੇ ਕੱਲ ਮੀਂਹ ਪਿਆ ਤਾਪਸ਼ ਘਟੀ ਹੋਈ ਆ ਮਈ ਦੇ ਪਹਿਲੇ ਹਫਤੇ ਦੇ ਵਿੱਚ ਇਸ ਤਰੀਕੇ ਦਾ ਮੌਸਮ ਹੋਵੇ ਇਹ ਬਹੁਤ ਘੱਟ ਵਾਰ ਦੇਖਣ ਨੂੰ ਮਿਲਿਆ ਮਈ ਤੇ ਜੂਨ ਤਾਂ ਆਪਾਂ ਜਾਣਦੇ ਆ ਵੀ ਚੰਗਿਆੜੇ ਕੱਢ ਗਰਮੀ ਦੇ ਮਹੀਨੇ ਹੁੰਦੇ ਆ ਪਰ ਐਤ ਕੀ ਹਾਲੇ ਤੱਕ ਉਹ ਗੱਲ ਨਹੀਂ ਮੌਸਮ ਠੰਡਾ ਹੀ ਆ ਹਾਲ ਦੀ ਘੜੀ ਤਾਂ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਜੀ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਉੱਤੋਂ ਦਿੱਤੀ ਇੱਕ ਤੋਂ ਬਾਅਦ ਦੂਜੇ ਦੂਜੇ ਤੋਂ ਬਾਅਦ ਤੀਜੇ ਤੀਜੇ ਤੋਂ ਬਾਅਦ ਚੌਥੇ ਮੁੱਦੇ ਨਾਲ ਸੰਬੰਧਤ ਹੁਣ ਪੰਜਾਬ ਦੇ ਵਿੱਚ ਜਲੰਧਰ ਦੀ ਉਪ ਚੋਣ ਦੇ ਕਰਕੇ ਇਹੋ ਜਿਹਾਂ ਵੀਡੀਓ ਦਾ سلسلہ ਸ਼ੁਰੂ ਹੋਣ ਲੱਗਾ ਜਿਹਦੇ ਬਾਰੇ ਬਹੁਤ ਵੱਡੇ ਪੱਧਰ ਤੇ ਉੱਤੇ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਉਹ ਕਿਹੜੀਆਂ ਵੀਡੀਓ ਨੇ ਕਿਹੜੀਆਂ ਵੀਡੀਓ ਨੇ ਕਿਹਨੇ ਕੱਢ ਕੇ ਲਿਆਂਦੀਆਂ ਨੇ ਕਿਹਨੂੰ ਫੜਾ ਦਿੱਤੀਆਂ ਨੇ ਕਿਉਂ ਫੜਾ ਦਿੱਤੀਆਂ ਨੇ ਇਹਨਾਂ ਵੀਡੀਓ ਦੇ ਮਤਲਕ ਆਉਂਦੇ ਸਮੇਂ ਤੇ ਕੀ ਜਾਣਕਾਰੀ ਆਊਗੀ ਕਿ ਇਹ ਵੀਡੀਓ ਕਿਸੇ ਨਾ ਕਿਸੇ ਵਿਕਟਰ ਲੈ ਲੈਣੀਆਂ ਇਹ ਵਕਤ ਦੱਸੂਗਾ ਪਰ ਉਸ ਤੋਂ ਪਹਿਲਾਂ ਇੱਕ ਹੋਰ ਗੱਲ ਕਰਨੀ ਬਣਦੀ ਆ ਵਿਕਟਰ ਲੈਣ ਤੇ ਚੌਕੇ ਸ਼ੱਕੇ ਲਾਉਣ ਦੇ ਵਿੱਚ ਮਾਹਰ ਨੇ ਦੋ ਖਿਡਾਰੀ ਭਾਰਤ ਦੇ ਉਹਦੇ ਵਿੱਚ ਇੱਕ ਗੌਤਮ ਘਮੀਰ ਆ ਜਿਹੜਾ ਕਿ ਭਾਜਪਾ ਦਾ ਸੰਸਦ ਮੈਂਬਰ ਆ ਦਿੱਲੀ ਤੋਂ ਦੂਜਾ ਹੈ ਜੀ ਵਿਰਾਟ ਕੋਹਲੀ ਦੋਵਾਂ ਨੂੰ ਅਸੀਂ ਆਈਪੀਐਲ ਦੇ ਵਿੱਚ ਖੇਡਦੇ ਤੇ ਭਿੰਦੇ ਦੇਖਦੇ ਆ ਪਰ ਜਿਹੜੀ ਖੇਡ ਭਾਵਨਾ ਉਹ ਜਦੋਂ ਨਿੱਜ ਦੇ ਉੱਤੇ ਗੱਲ ਆ ਜਾਂਦੀ ਹੈ ਤੇ ਫਿਰ ਹੱਕ ਥਾਪੜ ਕੇ ਜਿਵੇਂ ਮੈਦਾਨ ਦੇ ਵਿੱਚ ਇਹ ਆਪਸ ਦੇ ਵਿੱਚ ਲੜਨ ਲੱਗੇ ਸੀ ਜੇਕਰ ਬਾਕੀ ਖਿਡਾਰੀ ਆਪਸ ਦੇ ਵਿੱਚ ਜਿਹੜੇ ਸਾਂਝ ਰੱਖਦੇ ਆ ਉਹ ਵਿਚਾਲੇ ਨਾ ਪੈਂਦੇ ਤਾਂ ਫਿਰ ਸ਼ਾਇਦ ਇਹ ਗੁੱਥਮੋਥਾ ਵੀ ਹੋ ਜਾਂਦੇ ਦੋਵੇਂ ਇੱਕ ਦੂਜੇ ਦੇ ਨਾਲ ਤਤੇ ਭਾਰੇ ਹੋਏ ਆ ਦੋਵਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੂੰ ਤੂੰ ਮੈਂ ਮੈਂ ਵੀ ਹੋ ਰਹੀ ਹੈ ਤੇ ਤੋਏ ਤੋਏ ਵੀ ਹੋ ਰਹੀ ਹੈ ਤੇ ਦੋਵਾਂ ਦੇ ਬਾਰੇ ਟੀਵੀ ਚੈਨਲਾਂ ਦੇ ਉੱਤੇ ਬੜਾ ਕੁਝ ਆ ਰਿਹਾ ਵੀ ਦੋਵੇਂ ਖਿਡਾਰੀ ਗਰਮ ਕਿਹੜੀ ਗੱਲਾਂ ਹੋਏ ਆ ਦੋਵੇਂ ਖਿਡਾਰੀਆਂ ਨੇ ਇੱਕ ਦੂਜੇ ਦੇ ਬਾਰੇ ਕਾਫੀ ਮੰਦਾ ਚੰਗਾ ਵੀ ਬੋਲਿਆ ਤੇ ਮੇਰੇ ਮਨ ਦੇ ਵਿੱਚ ਇਹ ਗੱਲ ਆ ਰਹੀ ਹੈ ਵੀ ਭਾਈ ਜੇਕਰ ਤੁਹਾਨੂੰ ਉਥੇ ਲੋਕਾਂ ਦਾ ਚਿੱਤ ਲਾਉਣ ਦਾ ਇੰਨਾ ਚਾ ਖੇਡ ਮੈਦਾਨ ਦੇ ਵਿੱਚ ਤੁਸੀਂ ਖੇਡਣ ਜਾਂਦੇ ਆ ਖੇਡ ਭਾਵਨਾ ਬਰਕਰਾਰ ਰੱਖਣੀ ਚਾਹੀਦੀ ਹੈ ਕੋਈ 19 21 ਹੋ ਵੀ ਜਾਂਦੀ ਹੈ ਤਾਂ ਫਿਰ ਉਹਨੂੰ ਅੰਦਰੋਂ ਅੰਦਰ ਖਾ ਪੀ ਲੈਣਾ ਚਾਹੀਦਾ ਨਾ ਕਿ ਲੋਕਾਂ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਪਰ ਜੇਕਰ ਭਾਈ ਤੁਹਾਨੂੰ ਦੋਹਾਂ ਨੂੰ ਵਿਰਾਟ ਕੋਹਲੀ ਨੂੰ ਤੋਂ ਗੋਤਮ ਗਮੀਰ ਨੂੰ ਇਸ ਤਰੀਕੇ ਨਾਲ ਇੱਕ ਥਾਪੜ ਕੇ ਲੜਨ ਦਾ ਚਾ ਤੁਸੀਂ ਲੋਕਾਂ ਦਾ ਜੀ ਇਵੇਂ ਹੀ ਲਗਾਉਣਾ ਚਾਹੁੰਦੇ ਆ ਤਾਂ ਜਲੰਧਰ ਦੀ ਜ਼ਮੀਨ ਹੀ ਚੋਣਾ ਇੱਥੇ ਆ ਜਾਓ ਇੱਥੇ ਤੁਸੀਂ ਆ ਕੇ ਆਪਦੇ ਝੂਠਾ ਨੇ ਚੌਕੇ ਛੱਕੇ ਛੱਡੋ ਇੱਥੇ ਵਿਰੋਧੀਆਂ ਦੇ ਕੈਚ ਲਪਕੋ ਇੱਥੇ ਆ ਕੇ ਤੁਸੀਂ ਜਿੰਨੀਆਂ ਵਿਕਟਾਂ ਲੈ ਸਕਦੇ ਹੋ ਲੈ ਲਓ ਦੂਜਿਆਂ ਦੀ ਲੋਕਾਂ ਦਾ ਚੈਤੀ ਲਾਉਣਾ ਜਲੰਧਰੀਆਂ ਦਾ ਵੈਸੇ ਵੀ ਚੈਤੀ ਲਾ ਰਹੇ ਆ ਰਾਜਨੀਤਿਕ ਉਮੀਦਵਾਰ ਵਕ ਵਕ ਪਾਰਟੀਆਂ ਦੇ ਜਿਹੜੇ ਉਹ ਚਿੱਤ ਲਾਉਣ ਦਾ ਕੰਮ ਹੀ ਕਰ ਰਹੇ ਆ ਅਸੀਂ ਆ ਕੀਤਾ ਉਹਨਿਆ ਕੀਤਾ ਉਹ ਗੰਦਾ ਹੈ ਅਸੀਂ ਚੰਗੇ ਹਾਂ ਉਹ ਮਾੜਾ ਹੈ ਐ ਹਾਇ ਫਲਾ ਹਟਿੰਗ ਹੈ ਸੋ ਦੋਵਾਂ ਨੂੰ ਬੇਨਤੀ ਹੈ ਦੋਵੇਂ ਵੱਡੇ ਖਿਡਾਰੀ ਨੇ ਕਿਉਂਕਿ ਜੇਕਰ ਤੁਹਾਡਾ ਮਨ ਉਧਰੋਂ ਉਕਤਾ ਜਿ ਗਿਆ ਤੇ ਫਿਰ ਜਲੰਧਰ ਨਹੀਂ ਚੋਣ ਦੇ ਵਿੱਚ ਆਜੋ ਜਲੰਧਰ ਦਾ ਚਿੱਤ ਲਾਜੋ ਲੜਨਾ ਹੀ ਆ ਮੈਦਾਨ ਦੇ ਵਿੱਚ ਲੜਨੋ ਜਾਂ ਇੱਥੇ ਗਲੀਆਂ ਮੁਹੱਲਿਆਂ ਚ ਆ ਕੇ ਲੜ ਲਓ ਲੜਾਈ ਤਾਂ ਲੜਾਈ ਆ ਉੱਥੇ ਲੋਕਾਂ ਨੇ ਸਵਾਦ ਲਿਆ ਇੱਥੇ ਵੀ ਲੋਕ ਥੋੜੇ ਜਿਹਾ ਚਾਹੁੰਦੇ ਵੀ ਇੰਟਰਟੇਨਮੈਂਟ ਹੋ ਜੇ ਵੈਸੇ ਵੀ ਰਾਜਨੀਤੀ ਇੰਟਰਟੇਨਮੈਂਟ ਹੀ ਰਹਿ ਗਈ ਇਹਦੇ ਵਿੱਚ ਕੰਮ ਦੀ ਗੱਲ ਤਾਂ ਬਹੁਤ ਘੱਟ ਹੁੰਦੀ ਆ ਸੋ ਭਾਈ ਥੋੜਾ ਜਿਹਾ ਸੋਚੋ ਸੰਭਲੋ ਸਮਝੋ ਇਸ ਮੁਕਾਮ ਦੇ ਉੱਤੇ ਪਹੁੰਚ ਕੇ ਜੇਕਰ ਤੁਸੀਂ ਆਪਸ ਦੇ ਵਿੱਚ ਭਿੜਦੇ ਹੋ ਤਾਂ ਜੱਗ ਹਸਾਈ ਦੇ ਪਾਤਰ ਕਿਸ ਕਦਰ ਬਣਦੇ ਹੋ ਤੁਹਾਨੂੰ ਚੌਕੇ ਛੱਕੇ ਲਾਉਂਦੇ ਵੇਖ ਕੇ ਪਤਾ ਨਹੀਂ ਕਿੰਨੇ ਮੁੰਡੇ ਕੁੜੀਆਂ ਚਾਹੁੰਦੇ ਵੀ ਅਸੀਂ ਵੀ ਇਹਦੇ ਵਰਗਾ ਬਣਨਾ ਤੇ ਤੁਸੀਂ ਮੈਦਾਨ ਦੇ ਵਿੱਚ ਉਹ ਕੁਝ ਕਰੀ ਜਾਂਦੇ ਜਿਹੜਾ ਇੱਕ ਜੋ ਮੁਹੱਲੇ ਦੇ ਵਿੱਚ ਹੁੰਦਾ ਵੀ ਆ ਜਾ ਜੇ ਮਾਰਦੋਦ ਪੀਤਾ ਬਾਹਰ ਨਿਕਲਿਆ ਐਦਾਂ ਦੀਆਂ ਗੱਲਾਂ ਕਰਨ ਤੋਂ ਗਰੇਜ਼ ਕਰੋ ਖਿਡਾਰੀ ਖੇਡ ਭਾਵਨਾ ਦੇ ਵਿੱਚ ਗੁਣਚ ਹੋਵੇ ਇਹੀ ਚਾਹੀਦਾ ਜਿਹੜੀ ਪਹਿਲੀ ਵੱਡੀ ਖਬਰ ਦੀ ਸੀ ਗੱਲ ਕੀਤੀ ਸੀ ਨੀਲੀਆਂ ਵੀਡੀਓ ਤੱਕ ਗੱਲ ਆ ਗਈ ਆ ਲੰਘੇ ਕੱਲ ਪੰਜਾਬ ਦੇ ਜਿਹੜੇ ਕਾਂਗਰਸੀ ਨੇਤਾ ਪੁਲਤ ਖੇਤਰ ਤੋਂ ਕਾਂਗਰਸ ਦੇ ਵਿਧਾਨ ਸਭਾ ਦੇ ਮੈਂਬਰ ਆ ਸੁਖਪਾਲ ਸਿੰਘ ਖਹਿਰਾ ਤੇ ਇਸ ਤਰ੍ਹਾਂ ਦੇ ਨੇਤਾ ਉਹ ਰਾਜਪਾਲ ਸਾਹਿਬ ਨੂੰ ਮਿਲੇ ਪੰਜਾਬ ਦੇ ਰਾਜਪਾਲ ਸਾਹਿਬ ਨੂੰ ਉਹਨਾਂ ਦੇ ਹੱਥ ਦੇ ਵਿੱਚ ਇੱਕ ਸੀਡੀ ਜਾਂ ਇੱਕ ਪੈਨ ਡਰਾਈਵ ਉਹਨਾਂ ਨੇ ਫੜਾਈ ਆ ਤੇ ਇਹ ਗੱਲ ਕਹੀ ਆ ਕਿ ਆਮ ਆਦਮੀ ਪਾਰਟੀ ਦੇ ਇੱਕ ਨੇਤਾ ਦੀ ਇਹ ਅਸ਼ਲੀਲ ਵੀਡੀਓ ਹੈ ਬੇहद ਅਸ਼ਲੀਲ ਵੀਡੀਓ ਹੈ ਨਾਲ ਹੀ ਖਰਾਂ ਨੇ ਇਹ ਗੱਲ ਕਹੀ ਆ ਨਾ ਨਹੀਂ ਲਿਆ ਉਹਨਾਂ ਨੇ ਵੀ ਇਹ ਕੀ ਦੀ ਵੀਡੀਓ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਇਹ ਵੀਡੀਓ ਪੰਜਾਬ ਦੀ ਪੁਲਿਸ ਨੂੰ ਜਾਂ ਪੰਜਾਬ ਦੀ ਸਰਕਾਰ ਨੂੰ ਇਸ ਕਰਕੇ ਨਹੀਂ ਸੌਂਪੀ ਕਿਉਂਕਿ ਇਸ ਮਾਮਲੇ ਨੂੰ ਰਫਾ-ਦਫਾ ਕਰ ਦਿੱਤਾ ਜਾਣਾ ਸੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਰਾਜਪਾਲ ਸਾਹਿਬ ਨੂੰ ਬੇਨਤੀ ਕਰਕੇ ਆਇਆ ਵੀ ਤੁਸੀਂ ਫੋਰੈਂਸਿਕ ਲੈਬ ਤੋਂ ਇਹਦੀ ਪੜਤਾਲ ਕਰਵਾ ਲਓ ਜਿਹੜੀਆਂ ਵੀਡੀਓ ਕਲਿੱਪਾਂ ਤੇ ਉਸ ਤੋਂ ਬਾਅਦ ਇਹਦੇ ਉੱਤੇ ਬਣਦੀ ਸਰਦੀ ਕਾਰਵਾਈ ਹੋਣੀ ਚਾਹੀਦੀ ਆ ਹਾਲੇ ਤੱਕ ਇਹ ਵੀਡੀਓ ਨਸ਼ਰ ਨਹੀਂ ਹੋਈ ਇਹ ਵੀਡੀਓ ਨਸ਼ਰ ਹੋਊਗਾ ਕਿ ਨਹੀਂ ਹੋਊਗੀ ਇਹ ਕੀਰੀ ਹੈ ਇਹਦੇ ਬਾਬਤ ਅਸੀਂ ਕੋਈ ਪ੍ਰਵਾਨਗੀ ਦੀ ਮੋਹਰ ਨਹੀਂ ਲਾਉਂਦੇ ਪਰ ਵੀਡੀਓ ਹੈ ਇਹਦੇ ਬਾਬਤ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਚਰਚਾ ਚੱਲ ਪਈਆ ਜਿਸ ਦਿਨ ਵੀ ਇਹ ਵੀਡੀਓ ਆ ਗਈ ਕਈਆਂ ਨੇ ਚਟਕਾਰੇ ਲੈਣੀਆਂ ਕਈਆਂ ਨੇ ਕਿਹਾ ਕਮਾਲ ਕਰਤੀ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕਿਸੇ ਨੂੰ ਗਾਲ ਕੱਢਣੀ ਕਿਸੇ ਨੇ ਕਿਸੇ ਨੂੰ ਗਾਲ ਕੱਢਣੀ ਆ ਇਦਾਂ ਦਾ ਕੰਮ ਹਾਲੇ ਚੱਲਣਾ ਬਾਕੀ ਆ ਪਰ ਗੱਲ ਇਹ ਆ ਵੀ ਜਿਹਦੀ ਵੀ ਇਹ ਵੀਡੀਓ ਆ ਜਿਵੇਂ ਕਿ ਇੱਕ ਮੰਤਰੀ ਦਾ ਨਾਮ ਲਿਆ ਵੀ ਜਾ ਰਿਹਾ ਜਿਹਨਾਂ ਦਾ ਨਾਮ ਕਿ ਬਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਲੈੜਤਾ ਗਿਆ ਤੇ ਉਸ ਤੋਂ ਬਾਅਦ ਚਰਚਾ ਦਾ ਬਾਜ਼ਾਰ ਕਈ ਤਰ੍ਹਾਂ ਦਾ ਗਰਮ ਹੋ ਗਿਆ ਕਿ ਜਲੰਧਰ ਦੀ ਉਪਚੋਣ ਦੇ ਕਰਕੇ ਇਸ ਹੱਦ ਤੱਕ ਗੱਲ ਹੁਣ ਪਹੁੰਚਦੀ ਜਾ ਰਹੀ ਹੈ ਕਿ ਨਿੱਜੀ ਵੀਡੀਓ ਕੱਢ ਕੱਢ ਕੇ ਹੁਣ ਉਹ ਕਾਂਦੇ ਸਾਹਮਣੇ ਲਿਆਂਦੀਆਂ ਜਾਣਗੀਆਂ ਇਹ ਰਾਜਨੀਤੀ ਦੇ ਵਿੱਚ ਪਹਿਲਾਂ ਵੀ ਹੁੰਦਾ ਰਿਹਾ ਭਾਰਤੀ ਦੀ ਰਾਜਨੀਤੀ ਦੇ ਵਿੱਚ ਤੇ ਹੁਣ ਇਸ ਤੋਂ ਬਾਅਦ ਜੇਕਰ ਇਹ ਵੀਡੀਓ ਆ ਜਾਂਦੀ ਹੈ ਤਾਂ ਆਮ ਆਦਮੀ ਪਾਰਟੀ ਨੂੰ ਕਿਹੜੀ ਚੁਣੌਤੀ ਦਾ ਸਾਹਮਣਾ ਕਰਨਾ ਪਊਗਾ ਇਹ ਵਕਤ ਬਿਆਨ ਕਰੂਗਾ ਸੋਹਪਾਲ ਸਿੰਘ ਖੜਾੜੇ ਨਾਂ ਨਹੀਂ ਲਿਆ ਵੀ ਇਹ ਕਿਹੜੇ ਮੰਤਰੀ ਦੀ ਵੀਡੀਓ ਆ ਪਰ ਮਨਜਿੰਦਰ ਸਿੰਘ ਸਿਰਸਾ ਨੇ ਇਹ ਗੱਲ ਕਹੀ ਆ ਵੀ ਇਹ ਵੀਡੀਓ ਕਟਾਰੂ ਚੱਕ ਸਾਹਿਬ ਦੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਕਟਾਰੂ ਚੱਕ ਹੋਰਾਂ ਨੇ ਆਪਣਾ ਅਸਤੀਫਾ ਭਗਵੰਤ ਮਾਨ ਨੂੰ ਸੌਂਪ ਦਿੱਤਾ ਤੇ ਬਹੁਤ ਜਲਦ ਉਹ ਪ੍ਰੈਸ ਕਾਨਫਰੰਸ ਕਰਨਗੇ ਤੇ ਅਸਤੀਫਾ ਸਵੀਕਾਰ ਹੋ ਜਾਣਾ ਪੱਤਰਕਾਰਾਂ ਨੇ ਇਹੀ ਸਵਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਕਰ ਲਿਆ ਉਹਨਾਂ ਨੇ ਵਿੱਚੋਂ ਹੋਰ ਹੀ ਗੱਲ ਦੱਸੀ ਆ ਉਹ ਕਹਿੰਦੇ ਜੀ ਕਿ ਮੇਰੇ ਕੋਲੇ ਤਾਂ ਅਸਤੀਫਾ ਨਹੀਂ ਆਇਆ ਸਿਰਸਾ ਸਾਹਿਬ ਕੋਲੇ ਗਿਆ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਹੋਰ ਇਸ ਮਾਮਲੇ ਦੇ ਵਿੱਚ ਕਿਹੜੀਆਂ-ਕਿਹੜੀਆਂ ਨਵੀਆਂ ਗੱਲਾਂ ਜੁੜ ਰਹੀਆਂ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਕੈਬਨਟ ਮੰਤਰੀ ਲਾਲਚੰਦ ਘਟਾਰੂ ਚੱਕ ਦੀ ਕਿਥੇ ਤੇ ਤੌਰ ਦੇ ਉਤੇ ਅਸ਼ਲੀਲ ਵੀਡੀਓ ਬਾਰੇ ਦਾਅਵਿਆਂ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਵਿਰੋਧੀ ਪਾਰਟੀਆਂ ਦੇ ਇਲਜ਼ਾਮਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਲੀਡਰ ਦੇ ਬਚਾਅ ਵਾਸਤੇ ਸਾਹਮਣੇ ਆਏ ਨੇ ਭਗਵੰਤ ਮਾਨ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਤੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਵੱਲੋਂ ਕੈਬਨਟ ਮੰਤਰੀ ਘਟਾਰੂ ਚੱਕ ਬਾਰੇ ਦਿੱਤੇ ਗਏ ਬਿਆਨਾਂ ਦੇ ਉੱਤੇ ਤ ਕਈ ਵਾਰ ਉਹ ਆਪਸ ਵਿੱਚ ਸਲਾਹ ਨਹੀਂ ਕਰਦੇ ਤੇ ਤਿੰਨੋਂ ਜਾਨੀ ਇੱਕੋ ਗੱਲ ਬੋਲ ਜਾਂਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਪੁੱਛੇ ਜਾਣ ਦੇ ਉੱਤੇ ਕਿ ਸਿਰਸਾ ਨੇ ਟਵੀਟ ਕਰਕੇ ਕਿਹਾ ਕਿ ਕਟਾਰੂ ਚੱਕ ਨੇ ਆਪਣਾ ਅਸਤੀਫਾ ਭੇਜ ਦਿੱਤਾ ਇਹਦੇ ਤੇ ਮਾਨ ਨੇ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਹੋ ਸਕਦਾ ਕਿ ਉਹਨਾਂ ਨੇ ਸਿਰਸਾ ਨੂੰ ਭੇਜ ਦਿੱਤਾ ਹੋਵੇ ਮੈਨੂੰ ਤਾਂ ਹਲੇ ਤੱਕ ਅਸਤੀਫਾ ਨਹੀਂ ਮਿਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿਰਸਾ ਤੇ ਸੁਖਪਾਲ ਸਿੰਘ ਖਹਿਰਾ ਦੀ ਇੱਕੋ ਜੀ ਤਸਵੀਰ ਹੈ ਦੋਵੇਂ ਲੀਡਰ ਪਾਰਟੀਆਂ ਬਦਲ ਤੇ ਅਸਤੀਫੇ ਦੇਣ ਦੇ ਵਿੱਚ ਮਾਹਰ ਨੇ ਮੁੱਖ ਮੰਤਰੀ ਨੇ ਕਿਹਾ ਕਿ ਤਿੰਨੋਂ ਨੇਤਾ ਜਿਹੜੇ ਉਨਾਡੇ ਕੋਲੇ ਕੋਈ ਹੋਰ ਮੁੱਦਾ ਨਹੀਂ ਹੁੰਦਾ ਜਲੰਧਰ ਜ਼ਮਨੀ ਚੋਣ ਦੇ ਵਿੱਚ ਕੋਈ ਵੀ ਮੁੱਦਾ ਨਹੀਂ ਹੈ ਤੇ ਇਸ ਕਰਕੇ ਸਾਡੇ ਬਾਰੇ ਕੁਝ ਨਾ ਕੁਝ ਇਹ ਬੋਲਦੇ ਰਹਿੰਦੇ ਨੇ ਦੱਸਣਾ ਬਣਦਾ ਕਿ ਇਸ ਪੂਰੇ ਮਾਮਲੇ ਬਾਬਤ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਕੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਇੱਕ ਬਹੁਤ ਹੀ ਅਸ਼ਲੀਲ ਵੀਡੀਓ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ ਮੰਤਰੀ ਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਜਲਦੀ ਹੀ ਇਸ ਮੁੱਦੇ ਦੇ ਉੱਤੇ ਪ੍ਰੈਸ ਕਾਨਫਰੰਸ ਕਰਨਗੇ ਇਸ ਖਬਰ ਦੇ ਉੱਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤਾਂ ਸਿੱਖਾਂਗੇ ਕਿ ਇਹ ਹਾਲੇ ਤੱਕ ਗੱਲ ਸਾਹਮਣੇ ਆਈ ਨਹੀਂ ਉੱਭਰ ਕੇ ਵੀ ਪਾਈ ਇਹ ਕਿਹੜੇ ਮੰਤਰੀ ਦੀ ਵੀਡੀਓ ਆ ਹਾਂ ਇਹ ਗੱਲ ਜ਼ਰੂਰ ਆਈ ਆ ਕਿ ਭਾਈ ਇਹ ਇੱਕ ਮੰਤਰੀ ਦੀ ਹੈ ਤੇ ਇੱਕ ਤਥ ਤੌਰ ਦੇ ਉੱਤੇ ਕਟਾਰੂ ਚੱਕ ਸਾਹਿਬ ਦਾ ਨਾਂ ਇਹਦੇ ਵਿੱਚ ਲਿਆ ਗਿਆ ਮਨਜਿੰਦਰ ਸਿੰਘ ਸਿਰਸਾ ਦੇ ਵੱਲੋਂ ਜਿਹੜੀ ਗੱਲ ਕਹੀ ਗਈ ਹੈ ਦਾਵਾ ਕੀਤਾ ਗਿਆ ਵੀ ਇਹ ਇਹਨਾਂ ਦੀ ਵੀਡੀਓ ਆ ਜੇਕਰ ਇਹ ਉਹਨਾਂ ਦੀ ਨਾ ਹੋਈ ਤਾਂ ਫਿਰ ਮਨਜਿੰਦਰ ਸਿਰਸਾ ਨੂੰ ਵੀ ਕਾਨੂੰਨੀ ਕਟਾਰੇ ਦੇ ਵਿੱਚ ਖੜਨਾ ਪੈ ਸਕਦਾ ਮਾਨ ਦੀ ਹਾਨੀ ਦੇ ਰੂਪ ਦੇ ਵਿੱਚ ਪਰ ਜੇਕਰ ਉਹਨਾਂ ਦੇ ਵੱਲੋਂ ਜੋ ਕਿਹਾ ਗਿਆ ਇਹ ਉਵੇਂ ਹੀ ਆ ਜਾਂ ਆਮ ਆਦਮੀ ਪਾਰਟੀ ਦੇ ਕਿਸੇ ਵੀ ਹੋਰ ਮੰਤਰੀ ਦੀ ਵੀਡੀਓ ਹੋਵੇ ਤਾਂ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਊਗਾ ਹਾਲਾਂਕਿ ਭਗਵੰਤ ਮਾਨ ਹੋਰਾਂ ਨੇ ਕਿਹਾ ਜੀ ਕਿ ਇਹ ਗੱਲਾਂ ਫਜ਼ੂਲ ਨੇ ਇਹਨਾਂ ਗੱਲਾਂ ਦੇ ਵਿੱਚ ਦਮ ਕੋਈ ਨਹੀਂਗਾ ਪਰ ਜੇਕਰ ਇਹ ਵੀਡੀਓ ਕਿਸੇ ਵੀ ਮੰਤਰੀ ਦੀ ਹੈ ਤਾਂ ਸਮਝ ਲਓ ਉਹਦੀ ਵਿਕਟ ਗਈ ਕਾਨੂੰਨ ਦੇ ਮੁਤਾਬਕ ਭਾਵੇਂ ਉਹਦੀ ਉਸ ਵੀਡੀਓ ਦਾ ਕੋਈ ਨੁਕਤਾ ਬਣੇ ਨਾ ਬਣੇ ਕੋਈ ਗੱਲ ਸੰਵਿਧਾਨ ਦੇ ਮੁਤਾਬਕ ਧਾਰਾ ਦੇ ਮੁਤਾਬਕ ਬਣੇ ਨਾ ਬਣੇ ਪਰ ਗੱਲ ਇਹ ਹੈ ਜੀ ਕਿ ਸਮਾਜਿਕ ਤੌਰ ਦੇ ਉੱਤੇ ਮੁੱਦੇ ਬਹੁਤ ਬਣਦੇ ਆ ਤੁਹਾਨੂੰ ਯਾਦ ਹੋਣਾ ਕਿ ਪੰਜਾਬ ਦੇ ਵਿੱਚ ਇੱਕ ਸਾਬਕਾ ਮੰਤਰੀ ਦੀ ਕੁਝ ਕੁ ਸਮਾਂ ਪਹਿਲਾਂ ਵੀਡੀਓ ਨਸ਼ਰ ਹੋਈ ਸੀ ਉਸ ਤੋਂ ਬਾਅਦ ਉਹ ਜਿਹੜੀ ਵੀਡੀਓ ਨਸ਼ਰ ਹੋ ਗਈ ਉਹ ਕਿਸੇ ਨੇ ਦੋਸ਼ ਨਹੀਂ ਸਿਲਾਇਆ ਵੀ ਭਾਈ ਮੇਰੇ ਨਾਲ ਧੱਕਾ ਹੋਇਆ ਜਾਂ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ ਕਿ ਮੇਰੇ ਨਾਲ ਧੱਕਾ ਹੋਇਆ ਜਦੋਂ ਉਹ ਸਮਾਜਿਕ ਤੌਰ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕਿਰਕਰੀ ਹੋਣ ਲੱਗ ਪਈ ਤਾਂ ਫਿਰ ਪਰਚਾ ਦਰਜ ਕਰਵਾਇਆ ਸੀ ਉਸ ਸਬੰਧਤ ਔਰਤ ਨੇ ਫਿਰ ਉਸ ਤੋਂ ਬਾਅਦ ਕੁਝ ਕੁ ਸਮੇਂ ਬਾਅਦ ਉਸ ਔਰਤ ਨੇ ਵੀ ਗੱਲ ਕਹੀ ਜੀ ਕਿ ਮੈਨੂੰ ਤਾਂ ਗਲਤੀ ਦੇ ਨਾਲ ਇਹ ਹੋ ਗਿਆ ਜੀ ਮੈਨੂੰ ਤਾਂ ਧੋਖੇ 'ਚ ਰੱਖਿਆ ਗਿਆ ਮੇਰੇ ਕੋਲ ਤਾਂ ਪੂਰੇ ਕਾਗਜ਼ ਤੇ ਦਸਤਖਤ ਕਰਵਾ ਲਏ ਗਏ ਮੋੜ ਫੇਰਟਿਆ ਗਿਆ ਸੀ ਹੁਣ ਜਦੋਂ ਸਮਾਜਿਕ ਦੀ ਗੱਲ ਕਰਦੇ ਸਮਾਜਿਕ ਵਰਤਾਰੇ ਦੀ ਗੱਲ ਕਰਦੇ ਆ ਉਦੋਂ ਇਹ ਗੱਲਾਂ ਬਹੁਤ ਵੱਡੀਆਂ ਬਣਦੀਆਂ ਉਹ ਵੀ ਜਦੋਂ ਇੱਕ ਰਾਜਨੀਤਿਕ ਪਾਰਟੀ ਦਾ ਇੱਕ ਮੋਤਬਰ ਵਿਅਕਤੀ ਹੋਵੇ ਜਿਹੜਾ ਵੀ ਹੋਇਆ ਵਿਅਕਤੀ ਉਹਦੇ ਉੱਤੇ ਕਾਰਵਾਈ ਪਾਰਟੀ ਕੀ ਕਰਨੀ ਹੈ ਕੀ ਨਹੀਂ ਕਰਨੀ ਬਾਅਦ ਵਿੱਚ ਵਕਤ ਦੱਸੂਗਾ ਪਰ ਇੱਕ ਵਿਕਟ ਜਾਊਗੀ ਜ਼ਰੂਰ ਇਹ ਗੱਲ ਪੱਕੀ ਹੈਗੀ ਆ ਸੋ ਪੰਜਾਬ ਦੇ ਵਿੱਚ ਜਲੰਧਰ ਦੀ ਜ਼ਮੀਨੀ ਚੋਣ ਦੇ ਕਰਕੇ ਆਉਂਦੇ ਦਿਨਾਂ ਦੇ ਵਿੱਚ ਰਾਜਨੀਤੀ ਬਹੁਤ ਵੱਡੇ ਪੱਧਰ ਦੇ ਉੱਤੇ ਗਰਮਾਉਣ ਦੀ ਆਸ ਹੈ ਤੇ ਇਹ ਗਰਮਾ ਗਰਮੀ ਜਿਹੜੀ ਉਹ ਕਈ ਤਰ੍ਹਾਂ ਦੇ ਨਾਜ਼ੁਕ ਮੋੜ ਵੀ ਕਟੂਗੀ ਇਸ ਗੱਲ ਦੀ ਆਸ ਵੀ ਹੋਣ ਬੈਠੀ ਜਾ ਰਹੀ ਹੈ ਲੰਘੇ ਕੱਲ ਆਪਾਂ ਜਾਣਦੇ ਹਾਂ ਕਿ ਉਸ ਵਿਅਕਤੀ ਦੀ ਮੌਤ ਦੀ ਖਬਰ ਆਈ ਸੀ ਅਸੀਂ ਲੰਘੇ ਕੱਲ ਵੀ ਪ੍ਰੋਗਰਾਮ ਦੇ ਵਿੱਚ ਇਹਦਾ ਜ਼ਿਕਰ ਕੀਤਾ ਸੀ ਜਿਹੜੇ ਵਿਅਕਤੀ ਨੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਬੇਅਦਬੀ ਕੀਤੀ ਮਾੜੀ ਗੱਲ ਕੀਤੀ ਮਾੜੀ ਗੱਲ ਤੋਂ ਵੀ ਅਗਲਾ ਜੇਕਰ ਕੋਈ ਸ਼ਬਦ ਹੋਵੇ ਮੈਂ ਕਹਿਣਾ ਹੁਣ ਗਲਤੀ ਨਹੀਂ ਇਹ ਗੁਨਾਹ ਹੈ ਕੋਈ ਵੀ ਵਿਅਕਤੀ ਇਦਾਂ ਕਰੇ ਉਹ ਮਾਫੀਯੋਗ ਅਪਰਾਧ ਨਹੀਂ ਹੈ ਕਿਉਂਕਿ ਲੋਕਾਂ ਦੀਆਂ ਭਾਵਨਾਵਾਂ ਨਾਜ਼ੁਕ ਅਸੀਂ ਖੇਡਣਾ ਕਿਉਂ ਆ ਤੁਸੀਂ ਕਿਸੇ ਧਰਮ ਗ੍ਰੰਥ 'ਤੇ ਯਕੀਨ ਰੱਖਦੇ ਹੋ ਨਹੀਂ ਰੱਖਦੇ ਹੋ ਨਾਸਤਕ ਹੋ ਆਸਤਕ ਹੋ ਇਹ ਤੁਹਾਡੀ ਆਪਣੀ ਨਿੱਜੀ ਮਰਜ਼ੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਿਸੇ ਧਰਮ ਗ੍ਰੰਥ ਦੇ ਨਾਲ ਖਿਲਵਾੜ ਕਰੀਏ ਮਰਜ਼ੀਆਂ ਕਰੀਏ ਭਾਵਨਾਵਾਂ ਨੂੰ ਢੁਕਾਈਏ ਅੱਗ ਲਾਉਣ ਦਾ ਕੰਮ ਕਰੀਏ ਜਿਨੇ ਇਹ ਕੁਝ ਕੀਤਾ ਸੀ ਉਹਦੀ ਮੌਤ ਹੋ ਗਈ ਸਿਵਲ ਹਸਪਤਾਲ ਮਾਨਸਾ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਤਖਤਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਉਹਨਾਂ ਨੇ ਇਹ ਗੱਲ ਕਹੀ ਸੀ ਜੀ ਕਿ ਇਹਦੇ ਸੰਸਕਾਰ ਦੇ ਮੌਕੇ ਕਿਹੜੀਆਂ ਅੰਤਮ ਰਸਮਾਂ ਦੇ ਮੌਕੇ ਕੋਈ ਨਾ ਜਾਵੇ ਪੰਥਦਰਦੀ ਤਾਂ ਕੋਈ ਵੀ ਨਾ ਜਾਵੇ ਉਸ ਤੋਂ ਪਹਿਲਾਂ ਕੁਝ ਇੱਕ ਪਰਿਵਾਰਕ ਮੈਂਬਰਾਂ ਨੇ ਗੱਲ ਕਹੀ ਕਿ ਭਾਈ ਜੇਲ੍ਹ ਦੇ ਵਿੱਚ ਹਮਲਾ ਕੀਤਾ ਹੋਇਆ ਹੋ ਸਕਦਾ ਜਸਬੀਰ ਜੱਸੀ ਸਾਡੇ ਪਰਿਵਾਰਕ ਮੈਂਬਰ ਦੇ ਉੱਤੇ ਜਿਹਦੇ ਕਰਕੇ ਮੌਤ ਹੋਈ ਹੈ ਉਸ ਤੋਂ ਬਾਅਦ ਪਤਾ ਲੱਗਾ ਡਾਕਟਰਾਂ ਨੇ ਤੇ ਪੁਲਿਸ ਅਧਿਕਾਰੀਆਂ ਨੇ ਗੱਲ ਕਹੀ ਕਿ ਇਹੋ ਜੀ ਕੋਈ ਗੱਲ ਨਹੀਂ ਉਹਨਾਂ ਦਾ ਜੇਲ੍ਹ ਦੇ ਵਿੱਚ ਸਾਲ ਲੈਣ ਚ ਦਿੱਕਤ ਆਈ ਫਿਰ ਪਤਾ ਲੱਗਾ ਜੀ ਕਿ ਛਾਤੀ ਦੇ ਵਿੱਚ ਦਰਦ ਹੋਇਆ ਤੇ ਫਿਰ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਡਾਕਟਰਾਂ ਨੇ ਉੱਥੇ ਮਰਤਕ ਐਲਾਨ ਦਿੱਤਾ ਪਰ ਸਵਾਲ ਇਹ ਪੈਦਾ ਹੁੰਦਾ ਜੀ ਕਿ ਪੰਜਾਬ ਦੇ ਵਿੱਚ ਬੇਅਦਬੀਆਂ ਹੁੰਦੀਆਂ ਕਿਉਂ ਆ ਬਾਅਦ ਦੇ ਵਿੱਚ ਦੁਨੀਆ ਭਰ ਦੇ ਲੋਕਾਂ ਦੀਆਂ ਗੱਲਾਂ ਵੀ ਸੁਣਦੇ ਆ ਕਿਰਕਰੀ ਬਹੁਤ ਹੁੰਦੀ ਆ ਸਾਰੇ ਟੱਬਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਪਰ ਪਹਿਲਾਂ ਅਸੀਂ ਇਹ ਹਰਕਤਾਂ ਕਰਦੇ ਹੀ ਕਿਉਂ ਆ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਵੀ ਆਉਣ ਲੱਗਾ ਸੀ ਜਿਹੜਾ ਕਿ ਰੋਕਾਂ ਨੇ ਰੋਕ ਲਿਆ ਕਿ ਭਾਈ ਮਾਨਸਿਕ ਰੋਗੀ ਵਾਲੀ ਗੱਲ ਨਾ ਕਹੋ ਇਹ ਨਾ ਗੱਲ ਕਹੋ ਕਿ ਮਾਨਸਿਕ ਤੌਰ ਤੇ ਤਣਾਅ ਦੇ ਵਿੱਚ ਅਸੀਂ ਇਹ ਇੱਕ ਨਵਾਂ ਹੀ ਕੰਮ ਚੱਲ ਪਿਆ ਸਾਡੀ ਬੇਨਤੀ ਹੱਥ ਜੋੜ ਕੇ ਇਹ ਆ ਵੀ ਸਾਰੇ ਧਰਮਾਂਗਲਾਂ ਦਾ ਸਤਿਕਾਰ ਕਰੋ ਕੱਲਾ ਸਤਕਾਰ ਨਹੀਂ ਪੜੋ ਵੀ ਤੇ ਸਮਝੋ ਵੀ ਸਿੱਖੋ ਵੀ ਅਮਲ ਵੀ ਕਰੋ ਪਰ ਉਸ ਤੋਂ ਅਗਲੀ ਬੇਨਤੀ ਇਹ ਆ ਵੀ ਸਰਕਾਰਾਂ ਨੂੰ ਸਖਤ ਕਾਨੂੰਨ ਬਣਾਉਣੇ ਚਾਹੀਦੇ ਆ ਤਾਂ ਜੋ ਬੇਅਦਬੀ ਕਰਨ ਦਾ ਜਿਹੜਾ ਕਸੂਰਵਾਰ ਆ ਇੱਕ ਤਾਂ ਹੁੰਦਾ ਜੀ ਕਿਸੇ ਨੇ ਦੋਸ਼ ਲਾਇਆ ਕਿ ਉਹਨੇ ਬੇਅਦਬੀ ਕੀਤੀ ਆ ਆਪਾਂ ਕਹਿੰਦੇ ਉਹਦਾ ਕੋਈ ਸਬੂਤ ਆ ਜਦੋਂ ਸੀਸੀਟੀਵੀ ਕੈਮਰੇ ਦੇ ਵਿੱਚ ਹਰਕਤ ਕਰਦਾ ਮਾੜੀ ਦੇਖੀ ਗਿਆ ਤੇ ਫਿਰ ਤਾਂ ਸਬੂਤ ਮਿਲ ਗਏ ਫਿਰ ਤਾਂ ਉਹ ਕਾਰਵਾਈ ਦੀ ਲੋੜ ਹੈ ਹੀ ਨਹੀਂ ਦਿਸ ਰਿਆ ਸਾਰਾ ਕੁਝ ਫਿਰ ਉਹਦੇ ਖਿਲਾਫ ਐਸੀ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨ ਦੇ ਮੁਤਾਬਕ ਜਿਹਦੇ ਕਰਕੇ ਭਵਿੱਖ ਦੇ ਵਿੱਚ ਕੋਈ ਇਦਾਂ ਦਾ ਹਿਆ ਨਾ ਕਰੇ ਕਿ ਭਾਈ ਮੈਂ ਵੀ ਬੇਅਦਬੀ ਕਰਾਂ ਬੇਅਦਬੀ ਹੋਣੀ ਨਹੀਂ ਚਾਹੀਦੀ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਵੀ ਧਰਮਗ੍ਰੰਥ ਦੀ ਨਹੀਂ ਹੋਣੀ ਚਾਹੀਦੀ ਇਹ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਆ ਧਰਮ ਦੇ ਚੱਕਰਾਂ ਦੇ ਵਿੱਚ ਸਾਨੂੰ ਕਿਵੇਂ ਵੰਡਿਆ ਜਾਂਦਾ ਕਿਵੇਂ ਲੜਾਇਆ ਜਾਂਦਾ ਆਪਾਂ ਸਾਰੇ ਜਾਣਦੇ ਆ ਪਰ ਪਹਿਲਾਂ ਇਸ ਰਿਪੋਰਟ ਦਾ ਵਿਰਵਾਹ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ ਮੋਰਿੰਡਾ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਬੇਅਦਬੀ ਕਰਨ ਵਾਲੇ ਜਸਵੀਰ ਸਿੰਘ ਦੀ ਰਾਤ ਸਿਵਲ ਹਸਪਤਾਲ ਦੇ ਵਿੱਚ ਮੌਤ ਹੋਣ ਤੋਂ ਬਾਅਦ ਲੰਘੇ ਕੱਲ ਦੁਪਹਿਰ ਤੱਕ ਪਰਿਵਾਰਕ ਮੈਂਬਰ ਜਾਂ ਰਿਸ਼ਤੇਦਾਰ ਉਸਦੀ ਦੇਹ ਲੈਣ ਵਾਸਤੇ ਸਿਵਲ ਹਸਪਤਾਲ ਨਹੀਂ ਪਹੁੰਚੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਇੰਤਜ਼ਾਰ ਕਰਨ ਪਿਛੋਂ ਖੁਦ ਉਸਦੀ ਲਾਸ਼ ਲੈ ਕੇ ਪਿੰਡ ਗਈ ਉਧਰ ਤਖਤਸ਼ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਕੋਈ ਵਿਅਕਤੀ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕੀਦਾ ਰੱਖਦਾ ਉਹ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਦੀਆਂ ਅੰਤਮ ਰਸਮਾਂ ਦੇ ਵਿੱਚ ਹਿਸਾਨਾ ਲਵੇ ਗਿਆਨੀ ਰਗਵੀਰ ਸਿੰਘ ਨੇ ਵੀਡੀਓ ਜਾਰੀ ਕਰਕੇ ਸੰਗਤ ਨੂੰ ਅਪੀਲ ਕੀਤੀ ਕਿ ਇਸ ਬੇਅਦਬੀ ਕਾਂਡ ਦੇ ਦੋਸ਼ੀ ਦੀਆਂ ਅੰਤਮ ਰਸਮਾਂ ਦੇ ਵਿੱਚ ਹਿੱਸਾ ਨਾ ਲਿਆ ਜਾਵੇ ਤੇ ਨਾਲ ਹੀ ਗੁਰੂ ਘਰਾਂ ਦੇ ਪਾਠੀ ਸਿੰਘ ਤੇ ਰਾਗੀ ਸਿੰਘ ਵੀ ਸੇਵਾਵਾਂ ਨਾ ਦੇਣ। ਮੌਤ ਤੋਂ ਪਹਿਲਾਂ ਉਸ ਨੇ ਮਾਨਸਾ ਦੀ ਜੇਲ੍ਹ ਵਿੱਚ ਪੇਟਦਰਦ ਤੇ ਛਾਤੀ ਦੀ ਤਕਲੀਫ ਸੰਬੰਧੀ ਅਧਿਕਾਰਗੁਣਾ ਜਾਣਕਾਰੀ ਦਿੱਤੀ ਸੀ। ਜਿਨ੍ਹਾਂ ਵੱਲੋਂ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਫਿਰ ਆਪਾਂ ਜਾਣਦੇ ਜੀ ਕਿ ਰਾਤੀ ਤਕਰੀਬਨ 9:30-10 ਵਜੇ ਡਾਕਟਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਉਸ ਨੇ ਜੇਲ੍ਹ ਦੇ ਵਿੱਚ ਦਰਦ ਤੇ ਸਾਹ ਲੈਣ ਦੇ ਵਿੱਚ ਦਿੱਕਤ ਦੀ ਸ਼ਿਕਾਇਤ ਕੀਤੀ ਸੀ। ਸੋ ਇਥੇ ਮੌਤ ਹੋਈ ਤੇ ਜਸਵੀਰ ਸਿੰਘ ਨੇ 24 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋ ਕੇ ਪਾਠੀ ਸਿੰਘਾਂ ਨੇ ਕੁੱਟ ਮਾਰ ਵੀ ਕੀਤੀ ਸੀ ਇਸ ਖਬਰ ਦੇ ਤੇ ਟਿੱਪਣੀ ਕਰਨ ਲਈ ਦੋਸਤੋ ਪਹਿਲੀ ਗੱਲ ਤੇ ਕਹਾਂਗੇ ਕਿ ਇਹ ਮੁੱਦਾ ਇੰਨਾ ਛੋਟਾ ਨਹੀਂ ਜਿੰਨਾ ਕਿ ਅਸੀਂ ਕਈ ਵਾਰੀ ਕਹਿੰਦੇ ਚਲੋ ਕੋਈ ਨਹੀਂ ਜਦੋਂ ਸਾਰਾ ਕੁਝ ਸਾਹਮਣੇ ਹੋਵੇ ਉਸ ਵਕਤ ਇਸ ਮੁੱਦੇ ਤੋਂ ਵੱਡਾ ਕੋਈ ਮੁੱਦਾ ਹੋਰ ਹੈ ਨਹੀਂਗਾ ਸੋ ਜਿਹੜੇ ਵੀ ਲੋਕ ਇਹੋ ਜਿਹੀਆਂ ਹਰਕਤਾਂ ਕਰਦੇ ਆ ਉਹਨਾਂ ਨੂੰ ਮਿਸਾਲੀ ਸਜ਼ਾ ਮਿਲਣੀ ਹੀ ਚਾਹੀਦੀ ਹੈ ਜੇ ਕਿਤੇ ਇਸ ਤੋਂ ਪਹਿਲਾਂ ਸਖਤ ਕਾਨੂੰਨ ਬਣੇ ਹੁੰਦੇ ਤਾਂ 2015 ਤੋਂ ਬੀਅਦ ਬਿੰਗਾਂ ਦਾ ਦੌਰ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋਇਆ ਜਦੋਂ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂਗ੍ਰਾਂਤ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ ਉਸ ਤੋਂ ਬਾਅਦ ਕੀ ਕੀ ਕੁਝ ਨਹੀਂ ਹੋਇਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜੇ ਕਿਤੇ ਉਦੋਂ ਪੈਂਦੀ ਸੱਟੇ ਸਖਤ ਕਾਨੂੰਨ ਬਣ ਜਾਂਦਾ ਤਾਂ ਸ਼ਾਇਦ ਅੱਜ ਵਾਲੇ ਹਾਲਾਤ ਪੈਦਾ ਨਾ ਹੁੰਦੇ ਸ਼ਾਇਦ ਲੋਕ ਡਰਦੇ ਵੀ ਯਾਰ ਅਸੀਂ ਆਏ ਕਰਾਂਗੇ ਤਾਂ ਫਿਰ ਸਾਡੇ ਨਾਲ ਆਹ ਹਾਲਾਤ ਹੋਣਗੇ ਜਦੋਂ ਹੁਣ ਤਾਂ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਆ ਮੰਦਰਾਂ 'ਚ ਲੱਗੇ ਆ ਗਿਰਜਾਂ ਘਰਾਂ 'ਚ ਲੱਗੇ ਆ ਮਸਜਿਦਾਂ ਵਿੱਚ ਲੱਗੇ ਆ ਤੇ ਫਿਰ ਤਾਂ ਸਾਰੀ ਜਾਣਕਾਰੀ ਸਾਹਮਣੇ ਆ ਹੀ ਜਾਂਦੀ ਫਿਰ ਤਾਂ ਐਸਆਈਟੀ ਬਣਾ ਲਾਂਗੇ ਪੜਤਾਲਾਂ ਕਰ ਲਾਂਗੇ ਇਹਦੀ ਕੋਈ ਤਕ ਨਹੀਂ ਬਣਦੀ ਉਹ ਤਾਂ ਵਕਤ ਜ਼ਾਇਆ ਕਰਨ ਵਾਲੀ ਗੱਲ ਹੁੰਦੀ ਆ ਪਰ ਗੱਲ ਇਹ ਆ ਵੀ ਜਿਵੇਂ ਇਸ ਵਿਅਕਤੀ ਦੀ ਮੌਤ ਹੋਈ ਆ ਇਹਦੇ ਪਰਿਵਾਰਕ ਮੈਂਬਰਾਂ ਨੂੰ ਦੁੱਖ ਹੋਣਾ ਕੁਦਰਤੀ ਆ ਪਰ ਉਹਨੇ ਕੰਮ ਵੀ ਚੰਗਾ ਨਹੀਂ ਕੀਤਾ ਕੰਮ ਵੀ ਬਹੁਤ ਮਾੜਾ ਕੀਤਾ ਤੇ ਜਿਹੜੇ ਵੀ ਲੋਕ ਇਹੋ ਜਿਹਾ ਕੰਮ ਕਰਨ ਦੀ ਇੱਛਾ ਪਾਲਦੇ ਆ ਉਹ ਬਹੁਤ ਵੱਡੇ ਗੁਨਾਹਗਾਰ ਆ ਉਹਨਾਂ ਨੂੰ ਬੰਦੇ ਬਣਨਾ ਚਾਹੀਦਾ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਉਹਨਾਂ ਦੀ ਜ਼ਿੰਦਗੀ ਦਾ ਕੀ ਧਾਰਾ ਹੋਣੀ ਚਾਹੀਦੀ ਹੈ ਤੇ ਜ਼ਿੰਦਗੀ ਜਿਉਣ ਦਾ ਫਲਸਫਾ ਸਮਝਣਾ ਚਾਹੀਦਾ ਸੋ ਇਹ ਅਸੀਂ ਬੇਨਤੀ ਕਰ ਸਕਦੇ ਹਾਂ ਕਿਸੇ ਦੇ ਮੂਰੇ ਜ਼ੋਰ ਤਾਂ ਕੋਈ ਨਹੀਂ ਕਿਉਂਕਿ ਅੱਜ ਕੱਲ ਹਰ ਕੋਈ ਸਿਆਣਾ ਹੈਗਾ ਪਰ ਗੱਲ ਇਹ ਹੈ ਵੀ ਜਸਵੀਰ ਸਿੰਘ ਦੀ ਜਿਵੇਂ ਮੌਤ ਹੋਈ ਹੈ ਤੇ ਇਹ ਭੇਤ ਭਰੀ ਜੀ ਪਹਿਲਾਂ ਮੌਤ ਮੰਨੀ ਜਾਂਦੀ ਸੀ ਪਰ ਰਿਡੈਕਟਰਾਂ ਨੇ ਕਿਹਾ ਜੀ ਕਿ ਨਹੀਂ ਇਹ ਸਾਹ ਬੰਦ ਹੋਣ ਕਰਕੇ ਜਾਂ ਸਾਹ ਦੇ ਵਿੱਚ ਤਕਲੀਫ ਹੋਣ ਦੇ ਕਰਕੇ ਹੀ ਦਾਖਲ ਕੀਤਾ ਗਿਆ ਸੀਗਾ ਤੇ ਇਸੇ ਕਾਰਨ ਕਰਕੇ ਮੌਤ ਹੋਈ ਹੈ ਸੋ ਬਾਕੀ ਵਕਤ ਦੱਸੂਗਾ ਬੇਅਦਬ ਗਾਨੇ ਮਾਮਲਿਆਂ ਦੇ ਉੱਤੇ ਸਰਕਾਰਾਂ ਕੀ ਕਰਦੀਆਂ ਪਰ ਕੁਝ ਨਾ ਕੁਝ ਸਖਤ ਸਟੈਂਡ ਲੈਣ ਵਾਲੀ ਗੱਲ ਜ਼ਰੂਰ ਕਰਨੀ ਚਾਹੀਦੀ ਆ ਪੰਜਾਬ ਦੀ ਰਾਜਨੀਤੀ ਦੇ ਵਿੱਚ ਜੋ ਕੁਝ ਹੋਈ ਜਾਂਦਾ ਅਸੀਂ ਮੁਰਦ ਦੇ ਵਿੱਚ ਵੀ ਗੱਲ ਕੀਤੀ ਸੀ ਵੀ ਉਹ ਹੈਰਾਨ ਜਾਂ ਕਰਦਾ ਵੀ ਇਹ ਚੱਲੀ ਕਿ ਜਾਂਦਾ ਭਗਵੰਤ ਮਾਨ ਹੋਰੀ ਇੱਕ ਟਵੀਟ ਕਰਦੇ ਆ ਉਹ ਟਵੀਟ ਦਾ ਉੱਤਰ ਪੰਜ ਛੇ ਜਣੇ ਦਿੰਦੇ ਆ ਇੱਕ ਦੂਜੇ ਨੂੰ ਘੇਰਾ ਪਾਉਣ ਦੀ ਗੱਲ ਚੱਲਦੀ ਆ ਜਿਹੜੀ ਕਵਤਾ ਨੁਮਾ ਗੱਲ ਹੁੰਦੀ ਆ ਉਹਨੂੰ ਲੰਮੀ ਕਰ ਕਰਕੇ ਕਰ ਕਰਕੇ ਕਈਆਂ ਦੇ ਉੱਤੇ ਕਟਾਕਸ਼ ਕੀਤੇ ਜਾਂਦੇ ਆ ਸੋ ਇਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਮੈਂ ਫੇਰ ਇਹ ਗੱਲ ਕਹਿਣਾ ਉਹ ਵਿਦਿਆਵਲਨ ਦੀ ਫਿਲਮ ਵਾਲੀ ਗੱਲ ਆ ਕਿ ਤਿੰਨ ਕਾਰਨ ਉਹ ਕਰਕੇ ਫਿਲਮੇ ਚਲਤੀਆਂ ਐ ਐਂਟਰਟੇਨਮੈਂਟ 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 ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਐਂਟਰਟੇਨਮੈਂਟ ਹੀ ਆ ਇਸ ਤੋਂ ਇਲਾਵਾ ਕੁਝ ਹੋਰ ਹੈ ਨਹੀਂ ਮੁੱਦੇ ਤਾਂ ਗਾਇਬ ਆ ਅਸਲ ਮੁੱਦੇ ਗਾਇਬ ਆ ਸਵਾਦ ਆ ਬਸ ਇਹਨਾਂ ਮੁੱਦਿਆਂ ਦੇ ਵਿੱਚ ਕੋਈ ਕਹ ਰਿਹਾ ਜੀ ਐਨੇ ਸਿੱਧਾ ਉਹਨੂੰ ਠੋਕਤਾ ਕੋਈ ਕਹਿੰਦਾ ਐਨੇ ਸਿੱਧਾ ਉਹਨੂੰ ਠੋਕਤਾ ਬਸ ਠੋਕਤਾ 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 ਚੱਲ ਰਿਹਾ ਪਰ ਪੰਜਾਬ ਦਾ ਕੋਈ ਮਸਲਾ ਹੱਲ ਹੋਊਗਾ ਇਹਨਾਂ ਸਵਾਦ ਲੀਆਂ ਗੱਲਾਂ ਦੇ ਨਾਲ ਇਹਦੀ ਗਾਰੰਟੀ ਕੋਈ ਨਹੀਂਗੀ ਉਸ ਤੋਂਗਲੀ ਗੱਲ ਇਹ ਆ ਵੀ ਰਾਜਨੀਤਿਕ ਲੋਕ ਪਾਲਾ ਵੀ ਮਿੰਟ ਲਾਉਂਦੇ ਬਦਲਣ ਲੱਗੇ ਰਾਜਨੀਤਿਕ ਲੋਕ ਸਿਫਤਾਂ ਵੀ ਕਿਸੇ ਦੀਆਂ ਕਰਨ ਲੱਗੇ ਮਿੰਟ ਲਾਉਂਦੇ ਆ ਤੇ ਬਦਖੋਹੀ ਕਰਨ ਲੱਗੇ ਵੀ ਮਿੰਟ ਲਾਉਂਦੇ ਆ ਸਿਮਰਜੀਤ ਸਿੰਘ ਬੈਂਸੁਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਲੰਗੇ ਕੱਲ ਕਿ ਉਹ ਅਰਦਾਸ ਕਰਦੇ ਆ ਰੱਬ ਦੇ ਮੂਹਰੇ ਇਹ ਯੋਧੜੀ ਕਰਦੇ ਆ ਕਿ ਭਾਈ ਇੱਕ ਵਾਰ ਪੰਜਾਬ ਦੇ ਵਿੱਚ ਭਾਜਪੀ ਦੀ ਸਰਕਾਰ ਬਣਨੀ ਹੀ ਬੜੀ ਚਾਹੀਦੀ ਆ ਦੇਖੋ ਲੋਕਾਂ ਨੇ ਵੋਟਾਂ ਪਾਉਣੀਆਂ ਭਾਜਪੀ ਦੀ ਸਰਕਾਰ ਬਣ ਵੀ ਸਕਦੀ ਐ ਅਸੀਂ ਨਹੀਂ ਕਹਿੰਦੇ ਵੀ ਭਾਈ 2027 ਦੇ ਵਿੱਚ ਨਹੀਂ ਬਣੂਗੀ ਜੇ ਉਦੋਂ ਤੱਕ ਲੋਕਾਂ ਦਾ ਜਲ ਜਿੱਤ ਲਿਆ ਸ਼ਾਇਦ ਬਣ ਵੀ ਜਾਵੇ ਇਹ ਵੋਟਰਾਂ ਦੀ ਮਰਜ਼ੀ ਆ ਉਹੋ ਤੱਕ ਜੇਕਰ ਬੀਜੇਪੀ ਦੇ ਵੱਲੋਂ ਕੁਝ ਐਸਾ ਕਰ ਦਿੱਤਾ ਗਿਆ ਸ਼ਾਇਦ ਪੰਜਾਬ ਦੇ ਲੋਕਾਂ ਦਾ ਮਨ ਬਦਲ ਜੇ ਮਾਹੌਲ ਬਦਲ ਜੇ ਇਹ ਸੰਭਵ ਗੱਲਾਂ ਹੈਗੀਆਂ ਇਹ ਅਸੰਭਵ ਨਹੀਂ ਆ ਹੋ ਕੁਝ ਵੀ ਸਕਦਾ ਪਰ ਮੇਰੇ ਸਾਹਮਣੇ ਉਹ ਵੀਡੀਓ ਕਲਿੱਪ ਵੀ ਆ ਗਈ ਜ ਜਦੋਂ ਕਿ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਪੱਤਰਕਾਰ ਨੇ ਸਵਾਲ ਕੀਤਾ ਸੀਗਾ ਬੈਂਸਾਹਬ ਨੂੰ ਕਿ ਕੀ ਕਹੋਗੇ ਬੀਜੇਪੀ ਦੇ ਨਾਲ ਘੱਟਚੋੜ ਹੋ ਸਕਦਾ ਉਹ ਕਹਿੰਦੇ ਵੀ ਅੱਗ ਤੇ ਪਾਣੀ ਦਾ ਕੀ ਮੇਲ ਹੁੰਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਪਾਰਟੀ ਹੈ ਜਿਹੜੀ ਉਹ ਕਿਸਾਨਾਂ ਦੀ ਬਹਿਰੀ ਹੈ ਇਹਨੇ ਪੰਜਾਬ ਦੇ ਬਾਰੇ ਸਿੱਖਾਂ ਦੇ ਬਾਰੇ ਕਦੇ ਸੋਚਿਆ ਨਹੀਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਨਾਲ ਤਾਂ ਘਟਚੋੜ ਬਾਰੇ ਫਿਰ ਜਦੋਂ ਬੈਂਸ ਸਾਹਿਬ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕਰਦੇ ਪਿਛਲੇ ਦਿਨੀ ਜਦੋਂ ਉਹਨਾਂ ਨੇ ਜਲੰਧਰ ਤੋਂ ਸਮਰਥਨ ਦੇਣ ਦੀ ਗੱਲ ਕੀਤੀ ਬੀਜੇਪੀ ਦੇ ਉਮੀਦਵਾਰ ਨੂੰ ਉਹ ਕਹਿੰਦੇ ਜੀ ਕਿ ਜਿਵੇਂ ਕਮਲ ਚੱਕੜ ਦੇ ਵਿੱਚ ਖੜਦਾ ਤੇ ਆਪਦੀ ਖੂਬਸੂਰਤੀ ਬਰਕਰਾਰ ਰੱਖਦਾ ਤੇ ਓਵੇਂ ਬੀਜੇਪੀ ਨੇ ਆਪਣੀ ਖੂਬਸੂਰਤੀ ਬਰਕਰਾਰ ਰੱਖੀ ਆ ਪਾਕਿਸਤਾਨ ਦੇ ਵਿੱਚ ਵੀ ਮਹਿਮਾ ਹੋ ਰਹੀ ਆ ਪਾਰਟੀ ਦੀ ਕਿਉਂਕਿ ਮੋਦੀ ਸਾਹਿਬ ਨੇ ਕੰਮ ਬਹੁਤ ਕਮਾਲ ਦੇ ਕੀਤੇ ਆ ਹੁਣ ਉਹ ਕਹਿੰਦੇ ਜੀ ਕਿ ਦੇਖੋ ਭਾਜਪੀ ਨੂੰ ਇੱਕ ਵਾਰ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦਾ ਮੌਕਾ ਮਿਲ ਜੇ ਇਹ ਮੇਰੀ ਦਿਲ ਦੀ ਇੱਛਾ ਹੈਗੀ ਆ ਵਿਚਾਰ ਬਦਲੇ ਆ ਖਿਆਲ ਬਦਲੇ ਉਹਨਾਂ ਦੇ ਪਤਾ ਨਹੀਂ ਉਹ ਜੋ ਪਹਿਲਾਂ ਗੱਲ ਕਹਲੇ ਸੀ ਜਾਂ ਜਿਹੜੀ ਗੱਲ ਹੁਣ ਕਹਿੰਦੇ ਆ ਉਹਦੇ ਵਿੱਚ ਉਹਨਾਂ ਨੂੰ ਕਿਹੜੀ ਗੱਲ ਠੀਕ ਲੱਗਦੀ ਆ ਲੋਕਾਂ ਦੇ ਸਭ ਦੇ ਆਪੋ ਆਪਣੇ ਵਿਚਾਰ ਆ ਪਰ ਰਾਜਨੀਤਿਕ ਲੋਕਾਂ ਦਾ ਮਨ ਈਵੇਂ ਬਦਲ ਜਾਣਾ ਇਹ ਕੋਈ ਨਵੀਂ ਗੱਲ ਨਹੀਂ ਆ ਰਾਜਨੀਤਿਕ ਲੋਕ ਅਕਸਰ ਹੀ ਕਈ ਤਰ੍ਹਾਂ ਦੀਆਂ ਗੱਲਾਂ ਕਰ ਜਾਂਦੇ ਹੁੰਦੇ ਆ ਇੰਉ ਤਾਂ ਹੁਣ ਕਹਿਣ ਨੂੰ ਇਹ ਵੀ ਗੱਲ ਕਹੀ ਜਾਂਦੀ ਆ ਜਿਕੇ ਜੋ ਸਾਡੀ ਕੇਂਦਰ ਦੀ ਸਰਕਾਰ ਆ ਉਹ ਪਰਿਵਾਰਵਾਦ ਦੇ ਖਿਲਾਫ ਆ ਪਰ ਲੰਗੇ ਕੱਲ ਦਿਗਵਜੈ ਸਿੰਘ ਨੇ ਇਹ ਦੋਸ਼ ਲਾਏ ਆ ਵੀ ਜਿਹੜਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਆ ਜਿਹੜਾ ਕਿ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਆ ਜਿਹਦੇ ਉੱਤੇ ਰੈਸਲਰਾਂ ਨੇ ਬੜੇ ਵੱਡੇ ਦੋਸ਼ ਲਾਏ ਆ ਪਰਚੇ ਵੀ ਦੋ ਤਿੰਨ ਦਰਜ ਹੋਏ ਜਿਹਦੇ ਉੱਤੇ ਤੇ ਉਹਦੇ ਪਰਿਵਾਰ ਦੇ ਬਹੁਤ ਸਾਰੇ ਜੀ ਕੁਸ਼ਤੀ ਸੰਘ ਨਾਲ ਜੁੜੇ ਹੋਏ ਆ ਉਹਦੇ ਮੁੰਡੇ ਜਵਾਈ ਮੁੰਡੇ ਦਾ ਸਾਲਾ ਤੇ ਇਹ ਦੋਸ਼ ਲਾਏ ਆ ਵੀ ਭਾਈ ਤੁਹਾਡਾ ਟੰਬਰ ਤਾਂ ਸਾਰਾ ਇਹਦੇ ਵਿੱਚ ਜੁੜਿਆ ਹੋਇਆ ਸੋ ਰਾਜਨੀਤਿਕ ਲੋਕ ਆ ਕੁਝ ਕਰਦੇ ਆ ਹੁਣ ਕੀ ਕਰੀਏ ਕੀ ਦੇ ਬਾਰੇ ਕੁਝ ਕਹਿ ਸਕਦੇ ਆ ਉਸ ਤੋਂ ਅਗਲੀ ਗੱਲ ਇਹ ਆ ਵੀ ਕਈ ਵਾਰੀ ਨੇਤਾ ਜੀ ਇਹ ਗੱਲ ਭੁੱਲ ਜਾਂਦੇ ਆ ਵੀ ਮੈਂ ਲੰਘੇ ਕੱਲ ਕੀ ਗੱਲ ਕਹੀ ਸੀ ਤੇ ਅੱਜ ਕੀ ਗੱਲ ਕਹਿਣੀ ਆ ਉਹ ਜਿਹੜੀ ਵੀ ਥਾਂ ਦੇ ਉੱਤੇ ਜਾਂਦੇ ਆ ਕਹਿੰਨੇ ਵੀ ਸਾਡੇ ਅਸੀਂ ਵਿਕਾਸ ਬਹੁਤ ਕੀਤਾ ਸਾਡੀ ਪਾਰਟੀ ਦੀ ਜੋ ਸਰਕਾਰ ਸੀ ਵਿਕਾਸ ਬਹੁਤ ਕੀਤਾ ਵਿਕਾਸ ਬਹੁਤ ਕੀਤਾ ਵਿਕਾਸ ਬਹੁਤ ਕੀਤਾ ਕੋਈ ਵੀ ਵੋਟਰ ਵਿਕਾਸ ਦਾ ਵੈਰੀ ਨਹੀਂ ਤੇ ਤੁਹਾਨੂੰ ਇਸ ਕਰਕੇ ਨਹੀਂ ਹਰਾਉਂਦਾ ਕਿ ਤੁਸੀਂ ਵਿਕਾਸ ਕੀਤਾ ਤੁਹਾਨੂੰ ਇਸ ਕਰਕੇ ਹਰਾਇਆ ਜਾਂਦਾ ਤੁਸੀਂ ਵਿਕਾਸ ਨਹੀਂ ਕੀਤਾ ਕੱਲੀਆਂ ਗੱਲਾਂ ਕੀਤੀਆਂ ਤੇ ਰਾਜਨੀਤਿਕ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਲੋਕਾਂ ਦੀ ਰਮਜ਼ ਨੂੰ ਸਮਝਣਾ ਚਾਹੀਦਾ ਕਿ ਲੋਕ ਨਿਆਣੇ ਨਹੀਂ ਅੱਜ ਜੇਕਰ ਜਲੰਧਰ ਦੇ ਵਿੱਚ ਹਾਲਾਤ ਵਕ ਵਕਤਾਂ ਦੇ ਨਜ਼ਰ ਆ ਰਹੇ ਆ ਤਾਂ ਜੇਕਰ ਅਸੀਂ ਸਤਾਤਾਰੀ ਧਰਨੋ ਇਹ ਗੱਲ ਕਹਿੰਨੇ ਵੀ ਭਾਈ ਇਹਨਾਂ ਨੇ ਆ ਨਹੀਂ ਕੀਤਾ ਤਾਂ ਅਸੀਂ ਇਹ ਵੀ ਗੱਲ ਕਹਿੰਨੇ ਵੀ ਪਿਛਲੇ 5 ਵਰਿਆਂ ਦੇ ਵਿੱਚ ਕਾਂਗਰਸ ਨੇ ਵੀ ਕੁਝ ਨਹੀਂ ਕੀਤਾ ਸੋ ਗੱਲ ਇਹ ਜੇ ਕਿ ਜਲੰਧਰ ਦੇ ਵਿੱਚ ਬਹੁਤ ਵੱਡੇ ਵੱਡੇ ਮੁੱਦੇ ਆ ਉਹਨਾਂ ਮੁੱਦਿਆਂ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਸਵਾਦ ਲੀਆਂ ਗੱਲਾਂ ਚਟਕਾਰੇ ਵਾਲੀਆਂ ਗੱਲਾਂ ਡੰਗ ਟਪਾਉ ਗੱਲਾਂ ਕੋਈ ਇੱਕ ਵੀ ਨੇਤਾ ਚਾਰ ਵੱਡੀਆਂ ਪਾਰਟੀਆਂ ਦੇ ਨੇਤਾ ਇਸ ਵੇਲੇ ਮੈਦਾਨ ਦੇ ਵਿੱਚ ਆ ਉਮੀਦਵਾਰ ਕਿਸੇ ਇੱਕ ਨੇ ਕਿਸੇ ਇੱਕ ਮੁਹੱਲੇ ਕਿਸੇ ਗਲੀ ਦੇ ਵਿੱਚ ਜਾ ਕੇ ਮੀਟਿੰਗ ਦੇ ਵਿੱਚ ਇਹ ਕਿਹਾ ਹੋਵੇ ਕਿ ਮੈਨੂੰ ਮੌਕਾ ਦਿਓ ਮੈਂ ਪਹਿਲੇ 6 ਮਹੀਨਿਆਂ ਵਿੱਚ ਆ ਆ ਮਸਲੇ ਹੱਲ ਕਰਨੂੰਗਾ ਸਟਾਮ ਤੇ ਲਿਖ ਕੇ ਦਿੰਨਾ ਕਿਸੇ ਨੇ ਕਿਹਾ ਦੱਸੋ ਇਹਨਾਂ ਨੇ ਕਹਿਣਾ ਵੀ ਨਹੀਂ ਤੇ ਲੋਕਾਂ ਨੂੰ ਇਹਦੀ ਲੋੜ ਵੀ ਮਹਿਸੂਸ ਨਹੀਂ ਹੁੰਦੀ ਲੋਕ ਵੀ ਉਹੋ ਜੇ ਤੇ ਨੇਤਾ ਵੀ ਉਹੋ ਜੇ ਤੇ ਫਿਰ ਝੋਰਾ ਕਰਨ ਵਾਲੇ ਤਾਂ ਉਹੀ ਆ ਜਾਂ ਫਿਰ ਪੱਤਰਕਾਰਾਂ ਨੂੰ ਲਾਂਭਾ ਦੇਣ ਵਾਲੇ ਲੋਕ ਹੁੰਦੇ ਆ ਤੁਹਾਡਾ ਫਰਜ਼ ਬਣਦਾ ਜੀ ਇਹਦੇ ਬਾਰੇ ਆ ਸਾਡੇ ਕੋਲ ਟੁੱਟੀ ਪਈਏ ਇਹਦੇ ਬਾਰੇ ਗੱਲ ਕਰਨਾ ਪੱਤਰਕਾਰ ਦਾ ਫਰਜ਼ ਬਣਦਾ ਬਿਲਕੁਲ ਸਹੀ ਗੱਲ ਆ ਤੁਹਾਡਾ ਫਰਜ਼ ਨਹੀਂ ਬਣਦਾ ਵੀ ਉਹਨੂੰ ਵੋਟ ਪਾਈਏ ਜਿਹੜਾ ਸੜਕ ਬਣਾਉਣ ਦੀ ਗੱਲ ਕਰਦਾ ਸੀ ਉਹਨੂੰ ਕਦੇ ਨਾ ਪਾਈਏ ਜਿਹਨੇ ਸੜਕ ਨਹੀਂ ਬਣਵਾਈ ਸੋ ਆਪ ਜੀ ਦੇ ਵੀ ਬਹੁਤ ਸਾਰੇ ਫਰਜ਼ ਬਣਦੇ ਆ ਆਪ ਜੀ ਆਪਣੇ ਫਰਜ਼ ਸਮਝੋ ਨੇਤਾ ਜੀ ਆਪਣੇ ਸਮਝਣ ਪੱਤਰਕਾਰ ਆਪਣੇ ਸਮਝਣ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ ਕੱਲ ਨੂੰ ਇਸੇ ਵੇਲੇ ਖਬਰ ਨਹੀਂ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਹੁਤ ਬਹੁਤ ਧੰਨਵਾਦ